ਫੜ ਕੇ ਅੱਜ ਦੇ ਪੁਜਾਰੀ ਅੱਜ ਦੇ ਸਿੱਖ ਨਕਲੀ ਉਹ ਬਾਹ ਫੜ ਕੇ ਕਹਿਣਗੇ ਬੀਬੀਆਂ ਕੀਰਤਨ ਨਹੀਂ ਕਰ ਸਕਦੀਆਂ ਸਾਡੀ ਮਰਿਆਦਾ ਨਹੀਂ ਤੇ ਤੁਹਾਡੀ ਮਰਿਆਦਾ ਉਦੋਂ ਕਿੱਧਰ ਗਈ ਜਿੱਦਣ ਬੀਬੀਆਂ ਨੇ ਕੁਰਬਾਨੀਆਂ ਕੀਤੀਆਂ ਜਿੱਦਣ ਸ਼ਹੀਦ ਹੋਈਆਂ ਤੇ ਪਤਾ ਕਿਉਂ ਨਹੀਂ ਬੀਬੀ ਉਹ ਵੜਨ ਦਿੰਦੇ ਇਹ ਕਹਿੰਦੇ ਆ ਪੰਜ ਦਿਨ ਵਾਸਤੇ ਬੀਬੀ ਅਪਵਿੱਤਰ ਹੁੰਦੀ ਹੈ ਪੀਰੀਅਡ ਦਾ ਸਮਾਂ ਉਹਦਾ ਜਿਹੜਾ ਉਹਨੂੰ ਕਹਿੰਦੇ ਆ ਬੀਬੀ ਪਵਿੱਤਰ ਨਹੀਂ ਉਹਨਾਂ ਦਿਨਾਂ 'ਚ ਜਿਹੜਾ ਨੈਚੁਰਲ ਵਿਧਾਨ ਹੈ ਕੁਦਰਤੀ ਹੈ ਜਿਹੜਾ ਉਹਨੂੰ ਇਹ ਗਲਤ ਦੱਸਦੇ ਆ ਆ ਪਿੱਛੇ ਜੇ ਰੌਲਾ ਪਿਆ ਨਹੀਂ ਵੀ ਦਰਬਾਰ ਸਾਹਿਬ ਕੀਰਤਨ ਹੋਣਾ ਚਾਹੀਦਾ ਸੰਤ ਸਮਾਜ ਸਾਰੇ ਬਾਬਿਆਂ ਨੇ ਰੌਲਾ ਪਾਤਾ ਕਹਿੰਦੇ ਬੀਬੀ ਨਹੀਂ ਵੜ ਸਕਦੀ ਸਾਡੀ ਮਰਿਆਦਾ ਔਰਤ ਨਹੀਂ ਕੀਰਤਨ ਕਰਨ ਦੇਵਾਂਗੇ ਅਸੀਂ ਬੀਬੀ ਨੂੰ ਨਹੀਂ ਅਸੀਂ ਤੁਸੀਂ ਸਾਡੀ ਮਰਿਆਦਾ 'ਚ ਦਖਲ ਨਹੀਂ ਦੇ ਸਕਦੇ ਅਤੇ ਜਿਹੜੇ ਰਾਗੀ ਲੱਗੇ ਆ ਜੰਮੇ ਆ ਉਹ ਔਰਤਾਂ ਦੇ ਹੀ ਜੰਮੇ ਹੋਏ ਆ ਆ ਜਿਹੜੇ ਤੁਸੀਂ ਕੀਰਤਨ ਕਰਦੇ ਆ ਜੇ ਬੀਬੀ ਤੇ ਪੰਜ ਦਿਨ ਆਉਣ ਨਾ ਤੇ ਇਹ ਜੰਮਣੇ ਹੀ ਨਹੀਂ ਸੀ ਜਿਹੜੇ ਤੁਸੀਂ ਲੈਕਚਰ ਖੜੇ ਹੋ ਕੇ ਦੇ ਰਹੇ ਆ ਤੁਹਾਡੀਆਂ ਮਾਵਾਂ ਨੂੰ ਵੀ ਉਹ ਪੰਜ ਪੰਜ ਦਿਨ ਦਾ ਟਾਈਮ ਆਇਆ ਤੇ ਤਾਂ ਤੁਸੀਂ ਜੰਮੇ ਆ ਜਿਹਨੂੰ ਤੁਸੀਂ ਗਲਤ ਕਹਿੰਦੇ ਆ ਨੈਚੁਰਲ ਕਿਰਿਆ ਇਹ ਕੁਦਰਤੀ ਕਿਰਿਆ ਇਹ ਉਹਨੇ ਕਿਹੜਾ ਜਾਣ ਕੇ ਕੀਤਾ ਕੁਛ ਗਲਤ ਕਿਵੇਂ ਹੋ ਗਿਆ ਪਾਪ ਕਿੱਥੇ ਹੋ ਗਿਆ ਉਹ ਕਹਿੰਦਾ ਸੀ ਪੁਜਾਰੀ ਮੰਦਿਰ 'ਚ ਨਾ ਵੜ ਸਾਡੇ ਵਾਲੇ ਕਹਿੰਦੇ ਗੁਰਦੁਆਰੇ ਨਾ ਵੜ ਸਾਡੇ ਵਾਲੇ ਕਹਿੰਦੇ ਤੈਨੂੰ ਕੀਰਤਨ ਨਹੀਂ ਕਰਨ ਦੇਣਾ ਇਹ ਚੌਧਰੀ ਬਣੇ ਫਿਰਦੇ ਮਰਿਆਦਾ ਇਹਨਾਂ ਨੇ ਇਹਦੇ ਬੀਬੀਆਂ ਤਕੜੀਆਂ ਹੁਣ ਭੱਜੋ ਇੱਥੋਂ ਕੋਈ ਲੰਗਰ ਨਹੀਂ ਪਕਾਉਣਾ ਤੁਹਾਡੇ ਵਰਗੀਆਂ ਵਾਸਤੇ ਦੌੜ ਜਾਓ ਇੱਥੋਂ ਜੇ ਸੁਣਦੇ ਆ ਤੇ ਕੀਰਤਨ ਸਾਨੂੰ ਸੁਣਾਉਂਦੇ ਆ ਤੁਸੀਂ ਤੁਹਾਡੀਆਂ ਗੋਲਕਾਂ ਭਰਦੀਆਂ ਸਾਡੇ ਨਾਲ ਨੇ ਤੇ ਤੁਸੀਂ ਜੇ ਕਿਤੇ ਬੀਬੀਆਂ ਹਿੰਮਤ ਕਰ ਲੈਣ ਇਹਨਾਂ ਦੀ ਕੀ ਗੱਲ ਹੈ ਵੀ ਇਹ ਇਦਾਂ ਦੀਆਂ ਗੱਲਾਂ ਕਰ ਜਾਣਗੇ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਮੰਦਿਰ 'ਚ ਜਾਣ ਵਾਲਾ ਜਦੋਂ ਰੋਕਿਆ ਨਾ ਮੰਦਿਰ 'ਚੋਂ ਰੋਕਿਆ ਵੀ ਬੀਬੀ ਅੰਦਰ ਨਹੀਂ ਜਾ ਸਕਦੀ ਬੀਬੀ ਜੂਠੀ ਹੈ ਬੀਬੀ ਜੂਠੀ ਹੈ ਤੇ ਸਾਡੇ ਬਾਬੇ ਦਾ ਸ਼ਬਦ ਹੈ ਬੋਲੋ ਜਿਉਂ ਜੋਰੂ ਸਿਰਣਾਵਣੀ ਆਵੇ ਵਾਰੋ ਰੋਜ਼ ਪੜ੍ਹਦੇ ਹੋ ਆਸਾ ਦੀ ਵਾਰ 'ਚ ਕਹਿੰਦੇ ਬੀਬੀ ਨੂੰ ਸਿਰਣਾਵਣੀ ਮੁੜ ਮੁੜ ਆਉਂਦੀ ਹੈ ਮਹੀਨੇ ਬਾਅਦ ਆਉਂਦੀ ਹੈ ਸਮਾਂ ਆਉਂਦਾ ਪੰਜ ਦਿਨ ਦਾ ਪਰ ਓਏ ਤੂੰ ਜਿਹੜਾ ਬਾਹਰ ਕੱਢਦਾ ਬੀਬੀ ਨੂੰ ਉਹਦੇ 'ਤੇ ਤੂੰ ਕਹਿੰਦਾ ਜੂਠੀ ਹੈ ਉਹਦੇ 'ਤੇ ਇਹ ਸਮਾਂ ਪੰਜ ਦਿਨ ਆਉਂਦਾ ਤੇਰੇ ਮੂੰਹ ਵਿੱਚ ਤੇ ਹਰ ਵੇਲੇ ਝੂਠ ਰਹਿੰਦੀ ਹੈ ਤੇ ਤੂੰ ਤੇ ਸਦਾ ਹੀ ਝੂਠਾ ਹੈ ਉਹਨੂੰ ਤੂੰ ਪੰਜ ਦਿਨ ਝੂਠੀ ਦੱਸਦਾ ਤੂੰ ਤੇ ਸਦਾ ਹੀ ਝੂਠਾ ਹੈ ਹਰ ਗੱਲ ਦਾ ਝੂਠ ਬੋਲਣਾ ਹੈ ਜਿਉਂ ਜੋਰੂ ਸਿਰਣਾਵਣੀ ਆਵੇ ਵਾਰੋ ਵਾਰ ਝੂਠਾ ਝੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ ਤੂੰ ਤੇ ਨਿਤ ਨਿਤ ਖੁਆਰ ਹੁੰਦਾ ਹੈ ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ ਬੋਲੋ ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਧੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਕਾਹਦੀਆਂ ਮਰਿਆਦਾਵਾਂ ਨੇ ਤੁਹਾਡੀਆਂ ਅੱਜ ਤੱਕ ਤੁਸੀਂ ਬਰਾਬਰੀ ਨਹੀਂ ਦੇ ਸਕੇ ਪੈਰਾਂ ਦੀ ਜੁੱਤੀ ਬਾਕੀ ਧਰਮ ਵਾਲੇ ਸਮਝਦੇ ਰਹੇ ਤੁਸੀਂ ਵੀ ਉੱਥੇ ਹੀ ਖੜੇ ਹੈ ਇਹਨਾਂ ਦੇਸ਼ਾਂ 'ਚ ਇੰਨੀਆਂ ਤਰੱਕੀਆਂ ਕਰਨ ਤੋਂ ਬਾਅਦ ਵੀ ਔਰਤ ਅੱਜ ਪਾਇਲਟਾਂ ਸਿੱਖ ਬੱਚੀਆਂ ਬਣ ਗਈਆਂ ਵੱਡੇ ਵੱਡੇ ਅਹੁਦਿਆਂ 'ਤੇ ਸਿੱਖ ਬੱਚੀਆਂ ਚਲੀਆਂ ਗਈਆਂ ਪਰ ਸਿੱਖ ਬੱਚੀਆਂ ਵਿੱਚ ਇੰਨੀ ਪੁਜਾਰੀ ਦੇ ਵਿਰੁੱਧ ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਕਿ ਬੀਬੀ ਖੁੱਲ੍ਹ ਕੇ ਕਹਿ ਸਕੇ ਕਿ ਤੂੰ ਕੌਣ ਹੁੰਦਾ ਇਹ ਗੱਲਾਂ ਰੋਕਣ ਵਾਲਾ ਔਰਤ ਨੂੰ ਪੂਰਾ ਹੱਕ ਹੋਣਾ ਚਾਹੀਦਾ ਪਰ ਅਜੇ ਵੀ ਸਾਡਾ ਧਰਮ ਦਾ ਡੰਡਾ ਇਦਾਂ ਦਾ ਡਰਾਇਆ ਹੋਇਆ ਹੈ ਪੁਰਾਣੇ ਵੇਲਿਆਂ ਵਿੱਚ ਘਰ ਵਾਲੇ ਕੁੱਟਦੇ ਸੀ ਚੁੱਪ ਕਰਕੇ ਕੁੱਟ ਖਾਈ ਜਾਂਦੀਆਂ ਸੀ ਇਦਾਂ ਹੀ ਪੁਜਾਰੀ ਕੁੱਟਦਾ ਹੈ ਪੁਜਾਰੀ ਧੱਕਾ ਕਰਦਾ ਚੁੱਪ ਕਰਕੇ ਸਹੀ ਜਾਂਦੀਆਂ ਪਰ ਆਵਾਜ਼ ਆਪ ਉਠਾਉਣੀ ਪੈਣੀ ਹੈ ਉਹ ਜੇ ਔਰਤਾਂ ਨੂੰ ਰੋਕਦੇ ਹੋ ਗੁਜਰੀ ਵੀ ਔਰਤ ਸੀ ਮਾਤਾ ਉਹ ਵੀ ਔਰਤ ਸੀ ਇੱਕ ਬੀਬੀ ਭਾਨੀ ਵੀ ਔਰਤ ਸੀ ਜਿਹਨੇ ਜੰਮਿਆ ਗੁਰੂ ਅਰਜਨ ਦੇਵ ਜੀ ਨੂੰ ਔਰਤਾਂ ਦੇ ਔਰਤਾਂ ਕਰਕੇ ਇੱਦਾਂ ਤੁਸੀਂ ਕਿੱਦਾਂ ਕਰ ਸਕਦੇ ਹੈ ਸਮਾਜ ਕਿੱਥੇ ਦੁਨੀਆ ਚੰਦਰਮਾ ਤੇ ਪਹੁੰਚੀ ਫਿਰਦੀ ਹੈ ਸਾਡੇ ਵਾਲੇ 600 ਸਾਲ ਪਿੱਛੇ ਤੁਰੇ ਫਿਰਦੇ ਆ ਜੋ ਸੱਚ ਹੈ ਉਹ ਕਹਿਣਾ ਚਾਹੀਦਾ ਹੈ ਬਦਲੇਗਾ ਕਿਵੇਂ ਜ਼ਮਾਨਾ ਆਉਣ ਵਾਲੇ ਲੋਕਾਂ ਨੇ ਪੁੱਛਣਾ ਆਉਣ ਵਾਲੀਆਂ ਪੀੜ੍ਹੀਆਂ ਨੇ ਪੁੱਛਣਾ ਤੁਹਾਨੂੰ ਅੱਜ ਕੁੜੀਆਂ ਬਹੁਤ ਅੱਗੇ ਚਲੀਆਂ ਗਈਆਂ ਕਰਨਗੀਆਂ ਸਵਾਲ ਕੁੱਟੀਆਂ ਕਰਨਗੀਆਂ ਸਵਾਲ ਤੁਹਾਨੂੰ ਜੇ ਹਿੰਮਤ ਕਰ ਲਓਗੇ ਤੇ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਆ ਫਿਰ ਮਾਰਦੇ ਨੇ